ਨਹਿਰਾਂ ਵਿੱਚ ਜ਼ਹਿਰੀਲੇ ਪਾਣੀ ਦੇ ਆਉਣ ਤੋਂ ਬਾਅਦ ਲੋਕਾਂ 'ਚ ਫੈਲੀ ਦਹਿਸ਼ਤ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਲੋਕਾਂ ਦੇ ਮਨਾਂ ਤੋਂ ਡਰ ਨੂੰ ਦੂਰ ਕਰਨ ਲਈ ਅੱਜ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਾਟਰ ਵਰਕਸ ਦਾ ਦੌਰਾ ਕੀਤਾ ਅਤੇ ਨਹਿਰਾਂ 'ਚ ਆ ਰਹੇ ਪਾਣੀ ਦੇ ਸੈਂਪਲ ਵੀ ਲਏ। ਇਸ ਮੌਕੇ 'ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਆਪਣੇ ਮਨ ਵਿੱਚ ਨਾ ਲਿਆਉਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਅੱਜ ਜ਼ਿਲ੍ਹੇ ਦੇ ਵੱਖ ਵੱਖ ਮਾਈਨਰਾਂ, ਡਿਸਟ੍ਰੀਬਿਊਟਰਾਂ, ਨਹਿਰਾਂ ਅਤੇ ਜਲ ਘਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਪਿੰਡ ਬਲਵਾਣਾ, ਚੰਦਨ ਖੇੜਾ, ਆਲਮਗੜ੍ਹ ਅਤੇ ਪਿੰਡ ਡੰਗਰ ਖੇੜਾ ਦੇ ਜਲ ਘਰਾਂ ਦੇ ਫਿਲਟਰ ਵਾਟਰ ਦੀ ਮੌਕੇ 'ਤੇ ਹੀ ਜਾਂਚ ਕੀਤੀ, ਜਿਸ 'ਤੇ ਉਹਨਾਂ ਸੰਤੁਸ਼ਟੀ ਜ਼ਾਹਿਰ ਕੀਤੀ। ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੱਲ੍ਹ ਤੱਕ ਜ਼ਿਲ੍ਹੇ ਅੰਦਰ ਨਹਿਰਾਂ ਵਿੱਚ ਸਾਫ਼ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ। ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜ਼ਿਲ੍ਹੇ ਅੰਦਰ ਪਾਣੀ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ ਅਤੇ ਨਾ ਹੀ ਪਾਣੀ ਨੂੰ ਲੈ ਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਕੋਈ ਲੋੜ ਹੈ। ਉਹਨਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੰਨਾ ਸਮਾਂ ਪਾਣੀ ਪਿੱਛੋਂ ਸਾਫ਼ ਨਹੀਂ ਆਉਂਦਾ ਉਨਾ ਸਮਾਂ ਇਸ ਪਾਣੀ ਨੂੰ ਪਿੰਡਾਂ ਦੇ ਜਲ ਘਰਾਂ ਦੀ ਸਪਲਾਈ ਨਾ ਹੋਣ ਦਿੱਤਾ ਜਾਵੇ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਉਹ ਪਾਣੀ ਦੀ ਟੈਸਟਿੰਗ ਉਪਰੰਤ ਹੀ ਜਲ ਘਰਾਂ ਤੋਂ ਪਿੰਡ ਵਾਸੀਆਂ ਲਈ ਪੀਣ ਵਾਲੇ ਪਾਣੀ ਦੀ ਸਪਲਾਈ ਕਰਵਾਉਣਾ ਯਕੀਨੀ ਬਣਾਉਣ। ਇਸ ਵਿੱਚ ਸਭ ਤੋਂ ਪਹਿਲਾਂ ਤਾਂ ਕਿਉਂਕਿ ਸ਼ਨੀਵਾਰ ਨੂੰ ਸਾਨੂੰ ਇਹ ਪਤਾ ਚੱਲ ਗਿਆ ਸੀਗਾ ਸਵੇਰੇ ਕਿ ਸ਼ਾਮ ਨੂੰ ਉਹ ਜਿਹੜਾ ਕੰਟੈਮੀਨੇਟਿਡ ਵਾਟਰ ਹੈ ਇੱਥੇ ਵੀ ਪਹੁੰਚਣਾ ਸਾਡੇ ਜ਼ਿਲ੍ਹੇ 'ਚ, ਅਤੇ ਅਸੀਂ ਸਵੇਰੇ ਹੀ ਸਾਰੇ ਜਿੰਨੇ ਆਪਣੇ ਇਨਲੈਟ ਸੀ ਵਾਟਰ ਵਰਕਸ ਦੇ ਉਹ ਬੰਦ ਕਰਾ ਦਿੱਤੇ ਸੀ ਤਾਂ ਕਿ ਕੋਈ ਵੀ ਗੰਦਾ ਪਾਣੀ ਪੀਣ ਦੇ ਪਾਣੀ ਦੇ ਨਾਲ ਮਿਕਸ ਨਾ ਹੋ। ਤਾਂ ਸਭ ਤੋਂ ਪਹਿਲਾਂ ਤਾਂ ਜਿੰਨੀ ਸਾਡੇ ਵਾਟਰ ਵਰਕਸ ਹੈ ਉਹਨਾਂ ਦੇ ਜੋ ਸਟੋਰੇਜ ਟੈਂਕਸ ਹੈ ਉਹਨਾਂ ਦੀ ਸੈਂਪਲਿੰਗ ਅਸੀਂ ਕਰਵਾ ਰਹੇ ਨੇ ਹਰ ਰੋਜ਼, ਤਾਂ ਕਿ ਉਹਨਾਂ ਦਾ TDS ਵੀ ਸਾਨੂੰ ਪਤਾ ਚੱਲੇ, ਬਾਕੀ BODN ਐਂਡ ਸਾਰੇ ਜਿੰਨੇ ਦੇ ਟੈਸਟ ਉਹਨਾਂ ਦੇ ਹੁੰਦੇ ਨੇ ਉਹ ਨਾਲ ਦੇ ਨਾਲ ਕਰਾਏ ਜਾ ਰਹੇ ਨੇ, ਤਾਂ ਕਿ ਵੀ ਆਰ ਸ਼ੋਰ ਦੈਟ ਜਿਹੜਾ ਪਾਣੀ ਹੈ ਉਹ ਬਿਲਕੁਲ ਸੇਫ ਹੈ ਪੀਣ ਵਾਸਤੇ। ਤਾਂ ਉਸ ਤੋਂ ਇਲਾਵਾ ਜਿੰਨਾ ਗੰਦਾ ਪਾਣੀ ਉਸਦੀ ਪਿੱਛੇ ਤੋਂ ਸਫਾਈ ਸਟਾਰਟ ਹੋ ਚੁੱਕੀ ਹੈ। ਜਿੱਦਾਂ ਮੈਨੂੰ ਅੱਜ ਐਕਸੀਅਨ ਸਾਹਿਬ ਦੱਸ ਰਹੇ ਸੀ ਮੁਕਤਸਰ ਤੱਕ ਉਹ ਪਾਣੀ ਸਾਫ਼ ਹੋ ਗਿਆ, ਹੁਣ ਅੱਗੇ ਕੱਲ੍ਹ ਸੁਬਾਹ ਤੱਕ ਸਾਡੇ ਇੱਥੇ ਵੀ ਸਾਰੀ ਸਫਾਈ ਉਸਦੀ ਮੁਕੰਮਲ ਕਰ ਦਿੱਤੀ ਜਾਏਗੀ। ਉਸਦੇ ਬਾਅਦ ਇਹ ਪਾਣੀ ਜਿਹੜਾ ਹੈ ਉਹ ਅਸੀਂ ਦੁਬਾਰਾ ਟੈਸਟ ਕਰਾ ਕੇ ਫਿਰ ਇਸ ਨੂੰ ਵਾਟਰ ਵਰਕਸ ਵਿੱਚ ਅਲਾਓ ਕਰਾਂਗੇ। ਬਟ ਅਦਰਵਾਈਜ਼ ਜਿਹੜੀ ਇਰੀਗੇਸ਼ਨ ਮਹਿਕਮੇ ਐਂਡ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਵੀ ਜਿੰਨੀ ਵੀ ਨਹਿਰਾਂ ਹੈ ਜਿਹੜੀ ਕੰਟੈਮੀਨੇਟਿਡ ਵਾਟਰ ਦੇ ਨਾਲ ਹੈ ਉੱਥੇ SDO ਪੋਲਿਊਸ਼ਨ ਕੰਟਰੋਲ ਬੋਰਡ ਦੀ ਇੱਕ ਡਿਊਟੀ ਲਗਾਈ ਗਈ ਹੈ, ਉਹ ਸਾਰੇ ਪਾਣੀ ਦੀ ਸੈਂਪਲ ਲੈ ਰਹੇ ਕਿਉਂਕਿ ਜਿੱਦਾਂ ਜਿੱਦਾਂ ਸਫਾਈ ਹੋਈ ਵੀ ਜਾ ਰਹੀ ਹੈ ਉੱਥੇ ਉਹ ਨਾਲ ਦੇ ਨਾਲ ਸੈਂਪਲਿੰਗ ਵੀ ਕਰ ਰਹੇ ਕਿ ਉਹ ਹੁਣ ਠੀਕ ਹੋਇਆ ਜਾ ਰਿਹਾ, ਅਤੇ ਜਿੰਨੀ ਕੋਈ ਮੱਛੀਆਂ ਵਗੈਰਾ ਡੈਡ ਜਿੰਨੇ ਵੀ ਕੁਛ ਪਾਏ ਜਾ ਰਹੇ ਨੇ ਉਹਨਾਂ ਦੀ ਵੀ ਸਫਾਈ ਇਰੀਗੇਸ਼ਨ ਮਹਿਕਮੇ ਵੱਲੋਂ ਨਾਲ ਦੇ ਨਾਲ ਕੀਤੀ ਜਾ ਰਹੀ ਹੈ। ਤੋ ਕੱਲ੍ਹ ਤੱਕ ਸਾਡੀ ਜੋ ਸਥਿਤੀ ਹੈ ਉਹ ਕਾਫੀ ਇੰਪਰੂਵ ਹੋ ਜਾਣੀ ਚਾਹੀਏ। ਬਟ ਇਹ ਸਾਨੂੰ ਬਹੁਤ ਇਸ ਚੀਜ਼ ਦਾ ਹੈ ਕਿ ਜੋ ਪੀਣ ਦਾ ਪਾਣੀ ਹੈ ਉਸ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਕੰਟੈਮੀਨੇਸ਼ਨ ਨਹੀਂ ਹੈ। ਬਿਲਕੁਲ ਇਸ ਵਿੱਚ ਅਸੀਂ ਪਿੰਡਾਂ 'ਚ ਅਨਾਊਂਸਮੈਂਟ ਵੀ ਕਰਾਈ ਹੈ ਕਿ ਉਹ ਪਾਣੀ ਬਿਲਕੁਲ ਸੇਫ ਹੈ, ਉਸਦੀ ਸੈਂਪਲਿੰਗ ਕੀਤੀ ਜਾ ਰਹੀ ਹੈ, ਅਤੇ ਨਾਲ ਦੇ ਨਾਲ ਜੋ ਸਾਡੇ ਕਿਸੇ ਵੀ ਬੰਦੇ ਨੂੰ ਅਗਰ ਕੋਈ ਵੀ ਕਿਸੇ ਤਰੀਕੇ ਦੀ ਸਮੱਸਿਆ ਉਹ ਕੰਸਰਨ ਐਕਸੀਅਨ ਪਬਲਿਕ ਹੈਲਥ ਜਾਂ SDM ਇਹਨਾਂ ਸਬ ਡਿਵੀਜ਼ਨ ਉੱਥੇ ਰਿਪੋਰਟ ਕਰ ਸਕਦਾ ਹੈ। ਇਸ ਮੌਕੇ ਪਿੰਡ ਢਾਣੀ ਵਿਸ਼ੇਸ਼ਣ ਆਦਿ ਰੁਪਿੰਦਰ ਸਿੰਘ ਨੇ ਦੱਸਿਆ ਕਿ ਨਹਿਰਾਂ ਵਿੱਚ ਜ਼ਹਿਰੀਲਾ ਪਾਣੀ ਆ ਰਿਹਾ ਹੈ, ਉਸ ਸੰਬੰਧ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦੇ ਮਨਾਂ ਵਿੱਚ ਬੈਠੇ ਡਰ ਨੂੰ ਦੂਰ ਕੀਤਾ ਜਾ ਰਿਹਾ ਹੈ ਅਤੇ ਵਾਟਰ ਵਰਕਸ ਵਿੱਚ ਇਹ ਪਾਣੀ ਨਾ ਆਵੇ ਇਸ ਦੇ ਲਈ ਮਹਿਕਮੇ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦਾ ਇਹ ਕਦਮ ਸ਼ਲਾਘਾਯੋਗ ਹੈ। ਇਹ ਪਾਣੀ ਜਿਹੜਾ ਪਿੱਛੋਂ ਬਿਆਸ ਦਰਿਆ ਤੋਂ ਗੰਦਾ ਪਾਣੀ ਪੈ ਰਿਹਾ, ਨਹਿਰਾਂ ਦੇ ਵਿੱਚ ਪਾਣੀ ਆ ਚੁੱਕਿਆ, DC ਮੈਡਮ ਨੇ ਆ ਕੇ ਚੈਕਿੰਗ ਸਾਰੇ ਆਪਣੇ ਜ਼ਿਲ੍ਹੇ ਦੇ ਵਾਟਰ ਵਰਕਸ ਚੈੱਕ ਕਰ ਰਹੀ ਹੈ ਵੀ ਕਿਤੇ ਗੰਦਾ ਪਾਣੀ ਵਾਟਰ ਵਰਕਸ 'ਚ ਨਾ ਪਵੇ, ਜੋ ਕਿ ਗੰਦਾ ਪਾਣੀ ਪੈਣ ਦੇ ਨਾਲ ਕਿਤੇ ਪਿੰਡ ਦੇ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ ਜੀ। ਬਿਲਕੁਲ ਨਹੀਂ, ਉਸ ਤੋਂ ਪਹਿਲਾਂ ਹੀ ਪਿੰਡ ਦੀ ਪੰਚਾਇਤ ਨੇ ਅਤੇ ਇੱਥੋਂ ਵਾਟਰ ਵਰਕਸ ਦੇ ਮੁਲਾਜ਼ਮਾਂ ਨੇ ਪਹਿਲਾਂ ਹੀ ਕੰਟਰੋਲ ਕਰ ਲਿਆ ਸੀ, ਪਾਣੀ ਗੰਦਾ ਪੈਣ ਨਹੀਂ ਦਿੱਤਾ ਜੀ। ਪ੍ਰੋਬਲਮ ਕਿ ਜੋ ਪਾਣੀ ਵੀ ਜ਼ਹਿਰ ਵੀ ਇਹਦੇ ਨਾਲ ਸ਼ਾਇਦ ਚੰਗਾ ਹੋਵੇ, ਜ਼ਹਿਰ ਨਾਲ ਹੀ ਮਾੜਾ, ਕਿਉਂਕਿ ਮੱਛੀਆਂ ਜੋ ਵੀ ਇਹਦੇ 'ਚ ਦੇਖੀਦਾ ਵੀ ਮਰੀਆਂ ਆ ਰਹੀਆਂ ਨੇ, ਜੇ ਕਿਸੇ ਜਾਨਵਰ ਜਾਂ ਬੱਚੇ ਦੇ ਮੂੰਹ ਤੱਕ ਪੈ ਜੇ ਮੇਰੇ ਹਿਸਾਬ ਇਸ ਨਾਲ ਵੀ ਮੌਤ ਵੀ ਹੋ ਸਕਦੀ ਹੈ। ਪ੍ਰਸ਼ਾਸਨ ਵੱਲੋਂ ਜਿਸ ਤਰ੍ਹਾਂ ਹੁਣ ਲੋਕਾਂ ਵਿੱਚ ਜਾ ਕੇ ਉਹਨਾਂ ਦੇ ਸਾਹਮਣੇ ਹੀ ਵਾਟਰ ਵਰਕਸ ਦੇ ਪਾਣੀ ਦੀ ਜਾਂਚ ਕਰਕੇ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਜੋ ਪਾਣੀ ਵਾਟਰ ਵਰਕਸ ਸਪਲਾਈ ਹੋ ਰਿਹਾ ਹੈ ਉਹ ਮਨੁੱਖੀ ਜ਼ਿੰਦਗੀ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ, ਇਸ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਜ਼ਹਿਰੀਲੇ ਪਾਣੀ ਕਰਕੇ ਪੈਦਾ ਹੋਇਆ ਡਰ ਕਿਸੇ ਹੱਦ ਤੱਕ ਦੂਰ ਹੁੰਦਾ ਨਜ਼ਰ ਆ ਰਿਹਾ ਹੈ।